ਸਤਿ ਸ਼੍ਰੀ ਅਕਾਲ, ਮੈਂ ਦਵਿੰਦਰ ਕੌਰ ਸੈਣੀ ਵਿਗਿਆਨਕ ਢੰਗ ਨਾਲ ਪੰਜਾਬੀ ਸਿਖਾਉਣ ਲਈ ਹਾਜ਼ਰ ਹਾਂ। ਅੱਜ ਆਪਾਂ ਜਿਹੜੀ 35 ਅੱਖਰੀ ਕੀਤੀ ਸੀ, 35 ਅੱਖਰੀ ਅਤੇ ਜਮ੍ਹਾਂ ਉਹਦੇ 'ਚ 6 ਹੋਰ ਅੱਖਰ ਆਪਾਂ ਕਰ ਲਏ ਸੀਗੇ, 41 ਅੱਖਰੀ ਹੁਣ ਤਾਂ ਹੋ ਗਈ ਹੈ, ਪਰ ਇਹਨੂੰ 35 ਅੱਖਰੀ ਹੀ ਕਿਹਾ ਜਾਂਦਾ। ਉਹਦੀ ਅਸੀਂ ਆਵਾਜ਼ ਦੀ ਗੱਲ ਕਰਾਂਗੇ, ਕਿਉਂਕਿ ਸਾਰੀ ਪੰਜਾਬੀ, ਸਾਰੀ ਦੀ ਸਾਰੀ ਭਾਸ਼ਾ ਆਵਾਜ਼ ਦੇ ਸਿਰ 'ਤੇ ਚੱਲਦੀ ਹੈ। ਆਪਾਂ 35 ਅੱਖਰੀ ਤੋਂ ਬਾਅਦ ਜਿਹੜਾ ਸ਼ੁਰੂ ਕਰ ਰਹੇ ਹਾਂ, ਜਿਹਨੂੰ ਆਪਾਂ ਹੁਣ 41 ਅੱਖਰਾਂ 'ਚ ਵਧਾ ਚੁੱਕੇ ਹਾਂ, 35 ਅੱਖਰੀ ਦੇ ਹਰ ਅੱਖਰ ਦੀ ਜਿਹੜੀ ਆਵਾਜ਼ ਹੁੰਦੀ ਹੈ, ਅੱਜ ਆਪਾਂ ਉਹਨੂੰ ਸਪਸ਼ਟ ਕਰ ਰਹੇ ਹਾਂ। ਉੜੇ ਦੀ ਆਵਾਜ਼ ਹੈ ਊ, ਐੜੇ ਦੀ ਆਵਾਜ਼ ਹੈ ਅ, ਅਤੇ ਈੜੀ ਦੀ ਆਵਾਜ਼ ਹੈ ਏ। ਉਹਦੇ ਤੋਂ ਬਾਅਦ ਸੱਸਾ, ਸੱਸੇ ਦੀ ਸ ਆਵਾਜ਼ ਹੈ, ਹਾਹੇ ਦੀ ਹ ਆਵਾਜ਼ ਹੈ, ਕੱਕੇ ਦੀ ਕ ਆਵਾਜ਼ ਹੈ, ਖੱਖੇ ਦੀ ਖ ਆਵਾਜ਼ ਹੈ, ਗੱਗੇ ਦੀ ਗ ਆਵਾਜ਼ ਹੈ, ਘੱਗੇ ਦੀ ਕ, ਅਤੇ ਗੰਗੇ ਦੀ ਙ ਙ ਆਵਾਜ਼ ਹੈ। ਚੱਚਾ ਚ, ਛੱਛਾ ਛ, ਜੱਜਾ ਜ, ਝੱਜਾ ਚ, ਅਤੇ ਨਈਆਂ ਞ। ਗੁਰਬਾਣੀ ਦੇ ਵਿੱਚ ਜਿੱਥੇ ਵੀ ਜੰਝ ਸ਼ਬਦ ਆਇਆ, ਉਹ ਨਈਏ ਦੇ ਨਾਲ ਆਇਆ, ਪੜ੍ਹਿਆ ਜਾਏਗਾ ਜੰਝ। ਟੈਂਕੇ ਦੀ ਟ, ਠੱਠੇ ਦੀ ਠ, ਡੱਡੇ ਦੀ ਡ, ਢੱਡੇ ਦੀ ਟ, ਅਤੇ ਨਾਣੇ ਦੀ ਅਣ ਆਵਾਜ਼ ਹੈ। ਨਾਣਾ ਬਹੁਤ ਜ਼ਿਆਦਾ ਪੰਜਾਬੀ ਵਿੱਚ ਵਰਤਿਆ ਜਾਂਦਾ। ਤੱਤੇ ਦੀ ਤ, ਥੱਥੇ ਦੀ ਥ, ਦੱਦੇ ਦੀ ਦ, ਧੱਦੇ ਦੀ ਤ, ਅਤੇ ਨੰਨੇ ਦੀ ਨ ਆਵਾਜ਼ ਹੈ। ਪੱਪੇ ਦੀ ਪ, ਫੱਫੇ ਦੀ ਫ, ਬੱਬੇ ਦੀ ਬ, ਭੱਬੇ ਦੀ ਪ, ਅਤੇ ਮੰਮੇ ਦੀ ਮ ਆਵਾਜ਼। ਯੇ ਦੀ ਯ, ਰਾਰੇ ਦੀ ਰ, ਲੱਲੇ ਦੀ ਲ, ਵਾਵੇ ਦੀ ਵ, ਅਤੇ ਡਾੜੇ ਦੀ ੜ ਆਵਾਜ਼ ਹੈ। ਸੱਸੇ ਪੈਰ ਬਿੰਦੀ ਆਵਾਜ਼ ਹੈ ਸ਼, ਖੱਖੇ ਪੈਰ ਬਿੰਦੀ ਆਵਾਜ਼ ਹੈ ਹ, ਗੱਗੇ ਪੈਰ ਬਿੰਦੀ ਆਵਾਜ਼ ਹੈ ਗ, ਜੱਜੇ ਪੈਰ ਬਿੰਦੀ ਆਵਾਜ਼ ਹੈ ਜ, ਫੱਫੇ ਪੈਰ ਬਿੰਦੀ ਆਵਾਜ਼ ਹੈ ਫ, ਅਤੇ ਲੱਲੇ ਪੈਰ ਬਿੰਦੀ ਆਵਾਜ਼ ਹੈ ੜ ੜ। ਮੇਰਾ ਖਿਆਲ ਹੈ ਇਹਨਾਂ ਆਵਾਜ਼ਾਂ ਨੂੰ ਸਮਝ ਗਏ ਹੋਵੋਗੇ। ਜਿੰਨਾ ਵੀ ਆਪਾਂ ਅਧਿਆਇ ਆਪਾਂ ਅੱਗੋਂ ਕਰਾਂਗੇ, ਉਹਨਾਂ ਦੇ ਵਿੱਚ ਅਸੀਂ ਤਕਰੀਬਨ ਆਵਾਜ਼ ਨਾਲ ਹੀ ਚੱਲਾਂਗੇ। ਵਿਗਿਆਨਕ ਤੌਰ 'ਤੇ ਪੰਜਾਬੀ ਸਿੱਖਣੀ ਹੈ, ਬੇਸ਼ੱਕ ਇਹ ਅੱਜ ਕੱਲ੍ਹ ਤਰੀਕਾ ਆਇਆ, ਪਰ ਅਸੀਂ ਬਹੁਤ ਦੇਰ ਤੋਂ ਆਵਾਜ਼ ਨਾਲ ਹੀ ਪੰਜਾਬੀ ਨੂੰ ਸਿੱਖ ਅਤੇ ਸਿਖਾ ਰਹੇ ਹਾਂ। ਅਤੇ ਮੇਰਾ ਖਿਆਲ ਹੈ ਕਿ ਤੁਸੀਂ ਹਰ ਅੱਖਰ ਦੀ ਆਵਾਜ਼ ਨੂੰ ਪਹਿਚਾਣ ਗਏ ਹੋਵੋਗੇ। ਧੰਨਵਾਦ।